चप्पे चप्पे की खबर, बड़ी से बड़ी खबर, क्राइम से लेकर राजनीति तक किस नेता ने 5 साल में क्या काम कराया। मिलेगी सबसे पहले हर खबर चेंजिंग फ्यूचर न्यूज पर, जो बदलेगा आपका फ्यूचर। परम सत्कारियों, साढ़े बहुत ही परम मित्र और संयुक्त किसान मोर्चे के बहुत बड़ा योगदान पाने वाले सुप्रीम कोर्ट के वकील साहबान भानू प्रताप जी, उन्होंने नाल उन्होंने आई टीम ਰਜਿੰਦਰ ਸੰਘਾ ਜੀ ਅਤੇ ਹੋਰ ਸਾਥੀ ਉਹਨਾਂ ਦੇ ਅਤੇ ਪ੍ਰੈਸ ਵਾਲੇ ਮੇਰੇ ਵੀਰ, ਕਿਸਾਨ ਯੂਨੀਅਨ ਦੇ ਸਾਰੇ ਆਗੂ ਸਾਹਿਬਾਨ, ਪ੍ਰੈਸ ਵਾਲਿਆਂ ਦੇ ਨਾਲ ਇੱਕ ਬਹੁਤ ਹੀ ਰੇਡੀਓ ਪਟਿਆਲਾ ਰੇਡੀਓ ਸਟੇਸ਼ਨ ਤੋਂ ਬਹੁਤ ਲੰਬਾ ਸਮਾਂ ਸੇਵਾ ਕਰਨ ਵਾਲੇ ਮੇਰੇ ਛੋਟੇ ਵੀਰ ਅਮਰਜੀਤ ਸਿੰਘ ਜੀ ਵਡਾਈ ਸਾਹਿਬ, ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਆਓ ਪਹਿਲਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਥੀਓ, ਇਹ ਜੋ ਮੁੱਦਾ ਹੈ ਭਾਨੂ ਪ੍ਰਤਾਪ ਜੀ ਹੋਰਾਂ ਨੇ ਚੁੱਕਿਆ ਹੈ, ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਔਰ ਇਹ ਅੱਜ ਤੋਂ ਕਾਫੀ ਦੇਰ ਵੈਸੇ ਪਹਿਲਾਂ ਚੁੱਕਣ ਵਾਲਾ ਸੀ, ਪਰ ਕੋਈ ਗੱਲ ਨਹੀਂ, ਜਦੋਂ ਵੀ ਕੋਈ ਮੁੱਦੇ ਨੂੰ ਛੇੜਿਆ ਜਾਵੇ, ਉਹਨੂੰ ਅੱਗੇ ਲਿਜਾਣ ਦਾ ਯਤਨ ਕੀਤਾ ਜਾਵੇ, ਉਹੀ ਸਮਾਂ ਸਹੀ ਹੁੰਦਾ। ਇਹ ਜਦੋਂ ਅੰਦੋਲਨ ਚੱਲਦਾ ਸੀ, ਮੈਂ ਹੁਣੇ ਬੈਠੇ ਸੀ, ਮੈਂ ਵਕੀਲ ਸਾਹਿਬ ਨਾਲ ਗੱਲ ਕਰ ਰਿਹਾ ਸੀ, ਭਾਨੂ ਪ੍ਰਤਾਪ ਜੀ ਹੋਰਾਂ ਨਾਲ, ਵੀ ਮੈਂ ਉੱਥੇ ਵੀ ਇਹ ਮੁੱਦਾ ਚੁੱਕਣ ਦਾ ਕਈ ਵਾਰ ਯਤਨ ਕੀਤਾ ਹੈ ਕਿ ਅੰਦੋਲਨ ਲੰਬਾ ਹੋ ਰਿਹਾ, ਸਾਡਾ ਜਿਹੜਾ ਦੇਸ਼ ਵਿਆਪੀ ਅੰਦੋਲਨ ਸੀ, ਔਰ ਹੋ ਸਕੇ ਤੇ ਈਵੀਐਮ ਦਾ ਜਿਹੜਾ ਮੁੱਦਾ ਇਹ ਨਾਲ ਹੀ ਚੁੱਕਿਆ ਜਾਵੇ ਇਹਦੇ, ਤੇ ਜਦੋਂ ਕਾਲੇ ਕਾਨੂੰਨ ਰੱਦ ਹੋਣਗੇ ਤੇ ਉਹਦੇ ਵਿੱਚ ਨਾਲ ਲੱਗਦਾ ਹੋ ਸਕਦਾ ਇਹ ਮਸਲਾ ਜਿਹੜਾ ਸਾਡਾ ਇਹ ਵੀ ਹੱਲ ਹੋ ਜਾਵੇ। ਪਰ ਚਲੋ, ਉਸ ਟਾਈਮ ਇਹਦੇ ਉੱਤੇ ਐਡੀ ਗੌਰ ਨਾ ਕੀਤੀ ਗਈ, ਕੁਝ ਸਮਾਂ ਇਹੋ ਜਿਹਾ ਸੀ, ਇੱਕ ਹੰਕਾਰੀ ਰਾਜਾ, ਹੰਕਾਰੀ ਸਰਕਾਰ ਜਿਹਦੇ ਨਾਲ ਟੱਕਰ ਲਾ ਕੇ ਕਿਸਾਨ ਮੋਰਚਾ ਸਾਰੇ ਦੇਸ਼ ਦੀ ਹਮਾਇਤ ਨਾਲ ਬੈਠਾ ਸੀ, ਇਹ ਮੁੱਦਾ ਉਸ ਟਾਈਮ ਨਾ ਚੁੱਕਿਆ ਜਾ ਸਕਿਆ। ਪਰ ਭਾਨੂ ਪ੍ਰਤਾਪ ਜੀ ਹੋਰਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਚੁੱਕਿਆ। ਸਾਥੀਓ, ਮੈਂ ਇੱਕ ਗੱਲ ਕਰਨੀ ਚਾਹੁੰਦਾ, ਠੀਕ ਹੈ ਵਕੀਲ ਸਾਹਿਬਾਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ, ਕਈ ਵਾਰ ਸਾਡੇ ਪੇਂਡੂ ਲੋਕਾਂ ਦੀ ਉਹ ਪਕੜ ਦੇ ਵਿੱਚ ਜਲਦੀ ਨਹੀਂ ਆਉਂਦੀਆਂ। ਮੈਂ ਤਾਂ ਸਿੱਧੀਆਂ ਹੀ ਗੱਲਾਂ ਕਰੂੰਗਾ, ਵੀ ਵੇਖੋ ਜਿਹੜੇ ਕਾਰਪੋਰੇਟ ਘਰਾਣੇ ਨੇ, ਉਹਨਾਂ ਦੇ ਸਿਰ 'ਤੇ ਜਿੰਨਾ ਕਰਜ਼ਾ, ਹਜ਼ਾਰਾਂ ਕਰੋੜ ਕਰਜ਼ਾ ਜਿਹੜਾ ਉਹ ਕੇਂਦਰ ਦੀ ਸਰਕਾਰ ਮਿੰਟਾਂ ਵਿੱਚ ਮਾਫ਼ ਕਰ ਦਿੰਦੀ ਹੈ, ਅਤੇ ਜਦੋਂ ਅਸੀਂ ਉਹਨਾਂ ਤੋਂ ਮੰਗ ਕਰਦੇ ਹਾਂ ਕਿ ਕਿਸਾਨ ਮਜ਼ਦੂਰ ਆ ਜਿਹੜਾ, ਜਿਨ੍ਹਾਂ ਨੇ ਦੇਸ਼ ਦਾ ਅੰਨ ਨਾਲ ਭੰਡਾਰ ਭਰੇ ਨੇ, ਦੇਸ਼ ਦੀ ਭੁੱਖ ਜਿਹੜੀ ਆ ਦੂਰ ਕੀਤੀ ਆ, ਅਤੇ ਉਹਨਾਂ ਨੂੰ ਜਿਹੜੀ ਕਰਜ਼ਾ ਮੁਆਫੀ ਹੈ ਕਿਉਂ ਨਹੀਂ ਦਿੱਤੀ ਜਾਂਦੀ।
ਪਰ ਉਸ ਟਾਈਮ ਸਰਕਾਰ ਦੇ ਕੰਨ ਜਿਹੜੇ ਨੇ ਉਹ ਬੰਦ ਹੋ ਜਾਂਦੇ ਆ, ਬੋਲੀ ਹੋ ਜਾਂਦੀ ਹੈ ਸਰਕਾਰ, ਉਸ ਟਾਈਮ ਉਸ ਪਾਸੇ ਉਹ ਵਿਸ਼ੇਸ਼ ਧਿਆਨ ਨਹੀਂ ਦਿੰਦੇ ਜਿਹਦੀ ਆਪਾਂ ਮੰਗ ਕਰਦੇ ਹਾਂ। ਕਿਉਂਕਿ ਕੇਵਲ ਤੇ ਕੇਵਲ ਜਿਹੜੀ ਕਾਰਪੋਰੇਟ ਘਰਾਣਿਆਂ ਦੇ ਨਾਲ ਚੱਲ ਰਹੀ ਹੈ ਸਰਕਾਰ, ਉਹ ਕਿਸਾਨ ਤੇ ਮਜ਼ਦੂਰ ਦੀ ਗੱਲ ਬਿਲਕੁਲ ਨਹੀਂ ਸੁਣਦੀ। ਅਗਰ ਜੇਕਰ ਹੁਣ ਵੀ ਇਸੇ ਤਰ੍ਹਾਂ ਵੋਟਾਂ EVM ਦੇ ਰਾਹੀਂ ਪੈ ਗਈਆਂ ਤੇ ਜੋ ਸ਼ੱਕਾ ਹੈ, ਐਂ ਲੱਗਦਾ ਵੀ ਇਸ ਤੋਂ ਬਾਅਦ ਸ਼ਾਇਦ ਇਲੈਕਸ਼ਨ ਨਾ ਹੋਵੇ। ਤੁਹਾਨੂੰ ਪ੍ਰਤਾਪ ਜੀ ਐਂ ਹੋ ਸਕਦਾ ਸ਼ਾਇਦ, ਇਹ ਬਿਲਕੁਲ ਕਲੀਅਰ ਹੈ ਕਿ ਜੇਕਰ EVM ਦੇ ਰਾਹੀਂ ਇਲੈਕਸ਼ਨ ਹੋ ਗਈ, ਕਿਉਂਕਿ EVM ਦੇ ਰਾਹੀਂ ਇਲੈਕਸ਼ਨ ਤੋਂ ਉਹਨਾਂ ਨੂੰ ਕੋਈ ਉਤਾਰ ਨਹੀਂ ਸਕਦਾ, ਉਹਦੇ 'ਚ ਕੋਈ ਇਹਨਾਂ ਨੇ ਪੂਰੀ ਉਹਦੇ 'ਤੇ ਤਜਰਬਾ ਕਰਕੇ ਦੇਖ ਲਿਆ ਵੀ ਕਿਵੇਂ ਉਹਨੂੰ ਹੈਂਗ ਕੀਤਾ ਜਾਂਦਾ, ਕਿਵੇਂ ਵੋਟਾਂ ਦਾ ਬਦਲਾਅ ਕੀਤਾ ਜਾਂਦਾ ਦੂਜੇ ਬੰਨੇ। ਇਸ ਕਰਕੇ ਇਹ ਚੱਲੇ ਨੇ ਅਤੇ ਅੱਜ ਪਟਿਆਲਾ ਸ਼ਹਿਰ ਦੇ ਵਿੱਚ ਪਹੁੰਚੇ ਨੇ। ਇਸ ਤੋਂ ਬਾਅਦ ਇਹਨਾਂ ਅਲੱਗ ਅਲੱਗ ਜ਼ਿਲ੍ਹਿਆਂ 'ਚ ਪੰਜਾਬ ਦੇ ਅੰਦਰ ਜਾਣਾ ਹੈ। ਮੈਂ ਇਹਨਾਂ ਬਹੁਤ ਹਿੰਮਤ ਹੈ ਇਹਨਾਂ ਦੀ, ਬਹੁਤ ਦਲੇਰੀ ਹੈ ਇਹਨਾਂ ਦੀ, ਉਸ ਦਲੇਰੀ ਨੂੰ ਸਾਨੂੰ ਦਾਤ ਦੇਣੀ ਚਾਹੀਦੀ ਹੈ ਔਰ ਤਗੜਿਆਂ ਹੋ ਕੇ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਸਾਨੂੰ ਚੱਲਣਾ ਚਾਹੀਦਾ ਹੈ ਅਤੇ ਦੇਸ਼ ਦੇ ਵਿੱਚੋਂ ਜਿਹੜਾ EVM ਦਾ ਰਾਜ ਹੈ ਉਹਨੂੰ ਖਤਮ ਕਰਨਾ ਚਾਹੀਦਾ ਹੈ। ਤਾਂ ਹੀ ਹੋ ਸਕਦਾ ਜੇਕਰ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਆਪਾਂ ਸਾਥੀ ਉਹ ਚੱਲਾਂਗੇ। ਮੈਂ ਬਹੁਤਾ ਨਾ ਜਾਵਾਂ ਵਿਸਤਾਰ ਦੇ ਵਿੱਚ, ਇੱਥੇ ਬਹੁਤ ਜ਼ਿਆਦਾ ਬੋਲਿਆ ਜਾ ਸਕਦਾ ਹੈ ਅਤੇ ਬਹੁਤ ਹੀ ਗੱਲਾਂ ਕਰਨ ਨੂੰ ਦਿਲ ਵੀ ਕਰਦਾ। ਹੁਣ ਦੱਸ ਰਹੇ ਸੀ ਸਟੇਜ ਸਕੱਤਰ ਮੇਰੇ ਛੋਟੇ ਵੀਰ ਸੰਧੂ ਸਾਹਿਬ, ਇਹ ਅੰਦੋਲਨ ਨੂੰ ਜਦੋਂ ਮਜ਼ਬੂਤ ਕਰਨ ਦਾ ਯਤਨ ਕੀਤਾ, ਇਕੱਠਿਆਂ ਕਰਨ ਦਾ ਯਤਨ ਕੀਤਾ ਸਾਥੀਓ, ਉਦੋਂ ਵੀ ਬਿਲਕੁਲ ਥੋੜ੍ਹੇ ਜਣੇ ਸੀ, ਅਸੀਂ 40-50 ਬੰਦੇ ਚੱਲੇ ਸੀ ਅਸੀਂ ਪੁਨਰੇੜੀ ਦੇ ਏਰੀਏ ਤੋਂ ਜਦੋਂ ਲੁਧਿਆਣੇ ਨੂੰ, ਵੀ ਆਹ ਦੀਆਂ ਜਥੇਬੰਦੀਆਂ ਨੂੰ ਇੱਕ ਮੰਚ 'ਤੇ ਇਕੱਠਿਆਂ ਕਰਨ ਦਾ ਯਤਨ ਕਰੀਏ ਅਤੇ ਹੌਲੀ 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 ਥੋੜ੍ਹੇ ਤੋਂ ਫਿਰ ਕਿੱਥੋਂ ਵੇਖੋ, ਇੰਨੀ ਉਮੀਦ ਨਹੀਂ ਸੀ ਕਿ ਸਾਰਾ ਦੇਸ਼ ਇਕੱਠਾ ਹੋ ਗਿਆ। ਉਹਦੇ ਵਿੱਚ ਹਰਜਿੰਦਰ ਲਾਲ ਪੱਤਰਕਾਰ ਨੇ ਖੰਨੇ ਤੋਂ ਸਾਡਾ ਸਹਿਯੋਗ ਕਰ ਰਹੇ ਸੀ, ਉਹਨਾਂ ਨੇ ਵੀ ਬਹੁਤ ਵੱਡਾ ਸਹਿਯੋਗ ਕੀਤਾ ਔਰ 10 ਦਸੰਬਰ ਨੂੰ ਉਹਨਾਂ ਨੇ ਆਰਟੀਕਲ ਜਿਹੜਾ ਲਿਖਿਆ, ਆਰਟੀਕਲ ਦੇ ਵਿੱਚ ਉਹਨਾਂ ਨੇ ਲਿਖਤਾ ਕਿ ਜਿਹੜਾ ਦੇਸ਼ ਦਾ ਇਕੱਠ ਹੋਇਆ ਹੈ ਇਹ ਕਿਹੜੇ ਢੰਗ ਨਾਲ ਹੋਇਆ ਹੈ। ਉਹਨਾਂ ਨੇ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦਾ ਬਹੁਤ ਮਾਣ ਵੱਡਾ ਕੀਤਾ, ਉਹਦੇ ਵਿੱਚ ਉਹਨਾਂ ਨੇ ਕਲੀਅਰ ਲਿਖਿਆ ਕਿ ਉਹਨਾਂ ਨੇ ਅੱਗੇ ਲੱਗ ਕੇ ਇਹਨਾਂ ਨੂੰ ਇਕੱਠਿਆਂ ਕਰਨ ਦਾ ਯਤਨ ਕੀਤਾ ਵੱਡੇ ਆਗੂਆਂ ਨੂੰ, ਅਤੇ ਪਹਿਲੇ ਦਿਨ ਸਾਡੀਆਂ 9 ਜਥੇਬੰਦੀਆਂ ਇਕੱਠੀਆਂ ਹੋਈਆਂ ਕਿਸਾਨ ਭਵਨ ਦੇ ਅੰਦਰ ਅਤੇ ਉਸ ਤੋਂ ਬਾਅਦ ਹੌਲੀ ਹੌਲੀ ਵੱਧਦੀਆਂ ਵੱਧਦੀਆਂ 31 ਹੋਈਆਂ, 31 ਦੇ ਵਿੱਚ ਕਲਾਕਾਰ ਜਦੋਂ ਆਏ ਉਹਨਾਂ ਨੇ ਗਾਣੇ ਗਾਏ ਵੀ ਦਿੱਲੀ ਨੇ ਤੈਨੂੰ ਕੱਠ ਕੱਤੀਆਂ ਦਾ ਪਰੇਸ਼ਾਨ ਕਰੂਗਾ, ਤੇਰਾ ਫਾਇਦੇ ਨਾਲ ਵੱਧ ਨੁਕਸਾਨ ਕਰੂਗਾ। ਜਦੋਂ ਇਹੋ ਜਿਹਾ ਉਹਨਾਂ ਨੇ ਬੋਲ ਬੋਲੇ ਤਾਂ ਫਿਰ ਦੇਸ਼ ਦਾ ਨੌਜਵਾਨ ਅੱਗੇ ਲੱਗਿਆ ਅਤੇ ਸਾਰਾ ਦੇਸ਼ ਹੈ ਜਿਹੜਾ ਇਕੱਠਾ ਹੋ ਗਿਆ। ਹੁਣ ਵੀ ਤਗੜੇ ਹੋਣਾ ਪਊਗਾ, ਇਸੇ ਤਰ੍ਹਾਂ ਸਾਰਿਆਂ ਨੂੰ ਇਕੱਠਿਆਂ ਕਰਨਾ ਪਊਗਾ, ਮੋਢੇ ਨਾਲ ਮੋਢਾ ਲਾ ਕੇ ਇੱਕ ਦੂਜੇ ਨਾਲ ਚੱਲਣਾ ਪਊਗਾ। ਤਾਂ ਇਸ ਤਾਕਤਵਰ ਸਰਕਾਰ ਦੇ ਕੋਲੋਂ ਉਹਦੀ ਜਿਹੜੀ ਜਿੱਦੀ ਆ, ਉਹ ਜਿੱਦੀ ਰੱਖ ਕੇ ਆਪਣੀ ਜਿੱਦ ਰੱਖ ਕੇ ਜਿਹੜੀ ਚੱਲਦੇ ਨੇ ਉਹਨੂੰ ਖਤਮ ਕਰਨਾ ਪਏਗਾ, ਤਾਂ ਹੀ ਸਰਕਾਰ 'ਚ ਬਦਲਾਅ ਆਊਗਾ, ਤਾਂ ਹੀ ਆਪਾਂ ਬਚ ਸਕਦੇ ਹਾਂ, ਗਰੀਬ ਕਿਸਾਨ ਬਚ ਸਕਦਾ ਹੈ, ਮਜ਼ਦੂਰ ਬਚ ਸਕਦਾ ਹੈ। ਮੈਂ ਬਹੁਤਾ ਸਮਾਂ ਨਾ ਲੈਂਦਾ ਹੋਇਆ ਅੰਤ ਦੇ ਵਿੱਚ ਫਿਰ ਭਾਨੂ ਪ੍ਰਤਾਪ ਜੀ ਦਾ, ਉਹਨਾਂ ਦੀ ਸਾਰੀ ਟੀਮ ਦਾ ਪਟਿਆਲਾ ਪਹੁੰਚਣ 'ਤੇ ਔਰ ਇਹ ਮੁੱਦਾ ਲੈ ਕੇ ਚੱਲਣ 'ਤੇ ਆਪਣੇ ਵੱਲੋਂ, ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਵੱਲੋਂ ਔਰ ਪ੍ਰਭਦੀਪ ਜੀ ਪਾਲ ਦਾ, ਉਹ ਸਾਡੇ ਲੀਗਲ ਐਡਵਾਈਜ਼ਰ ਨੇ ਜਥੇਬੰਦੀ ਦੇ, ਮੈਂ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਤੁਹਾਡੇ ਰੱਬ ਵਰਗੇ ਜਿਹੜੇ ਸਰੋਤੇ ਨੇ ਉਹਨਾਂ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਔਰ ਆਪਣੇ ਮਨ ਦੀਆਂ ਗੱਲਾਂ ਕਰਨ ਦਾ ਸਮਾਂ ਦਿੱਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਾਦੀਪੁਰ ਸਾਹਿਬ ਨੇ
ਆਪਣੇ ਬੇਬਾਕ ਬੋਲਾਂ ਦੇ ਰਾਹੀਂ ਆਪਾਂ ਨੂੰ ਸੁਚੇਤ ਕੀਤਾ ਕਿ ਇਕੱਠੇ ਹੋ ਜਾਓ, ਵਰਨਾ ਕੋਈ ਇਲੈਕਸ਼ਨ ਨਹੀਂ ਹੋਣੀ। ਜੇ ਇਸ ਵਾਰ ਵੀ ਅਸੀਂ ਮੌਕਾ ਖੁੰਝ ਗਏ ਨਾ, ਤਾਂ ਸ਼ਾਇਦ ਹੀ ਮੌਕਾ ਮਿਲੇ ਦੁਬਾਰਾ ਆਪਾਂ ਨੂੰ ਵੋਟਾਂ ਪਾਉਣ ਦਾ, ਕਿਉਂਕਿ ਹਾਲਾਤ ਹੀ ਇਹੋ ਜਿਹੇ ਬਣ ਰਹੇ ਨੇ ਕਿ ਸਾਰੀਆਂ ਇਲੈਕਸ਼ਨਾਂ ਨੂੰ ਕੈਂਸਲ ਕਰਕੇ ਇੱਕੋ ਇਲੈਕਸ਼ਨ ਹੋ ਜੂਗੀ ਪੂਰੇ ਇੰਡੀਆ ਦੀ। ਕਿਸੇ ਦੇ 2.5 ਸਾਲ ਹੋਣ, ਕਿਸੇ ਦੇ 3 ਸਾਲ ਹੋਣ, ਕਿਸੇ ਦੇ ਕੁਛ ਹੋਣ, ਇੱਕੋ ਮਤਾ ਪੈ ਜਾਣਾ ਕਿ ਸਾਰੇ ਦੇਸ਼ ਦੀ ਇਲੈਕਸ਼ਨ ਇੱਕੋ ਵਾਰੀ ਕਰਾ ਦਿਓ, ਕਿਉਂਕਿ ਇਹਨਾਂ ਦੇ ਹੱਥ 'ਚ ਸਾਰਾ ਕੁਛ ਹੈਗਾ। ਇੱਕ ਵਾਰੀ ਕਾਬਜ ਹੋ ਗਏ ਫਿਰ ਇਲੈਕਸ਼ਨ ਵਾਕਈ, ਸ਼ਾਦੀਪੁਰ ਸਾਹਿਬ ਨੇ ਕਿਹਾ ਵੀ ਦੁਬਾਰਾ ਇਲੈਕਸ਼ਨ, ਸ਼ਾਇਦ ਹੀ ਸੋਚਿਓ ਤੁਸੀਂ ਵੀ ਇਲੈਕਸ਼ਨ ਕਦੀ ਹੋਊਗੀ। ਹੁਣ ਦੇ ਵਕੀਲ ਸ਼੍ਰੀ ਭਾਨੂ ਪ੍ਰਤਾਪ ਜੀ, ਉਹਨਾਂ ਦੀ ਟੀਮ, ਪ੍ਰਭਦੀਪ ਸਿੰਘ ਐਡਵੋਕੇਟ, ਰਮਿੰਦਰ ਸਿੰਘ ਦੇ ਬਾਕੀ ਕਿਸਾਨ ਆਗੂ ਸਾਹਿਬਾਨ, ਔਰ ਦੇਸ਼ ਨੂੰ ਪਿਆਰ ਕਰਨ ਵਾਲੇ ਦੋਸਤੋ ਲੋਕੋ, ਵੈਸੇ ਤਾਂ ਇਹ ਹੈ ਕਿ ਅਸੀਂ ਭਾਨੂ ਪ੍ਰਤਾਪ ਸਿੰਘ ਜੀ ਅਤੇ ਉਹਨਾਂ ਦੀ ਟੀਮ ਨੂੰ ਸੁਣਨ ਆਏ ਹਾਂ। ਜੇ ਸਮਾਂ ਦੇ ਹੀ ਦਿੱਤਾ ਗਿਆ, ਸਵਾਲ ਇਹ ਹੈ ਕਿ ਜਿਸ ਵੇਲੇ ਦੇਸ਼ ਦੇ ਅੰਦਰ ਇੱਥੋਂ ਦੀ ਸਰਕਾਰ BJP ਅਤੇ RSS ਫਾਸਿਜ਼ਮ ਵੱਲ ਵੱਧ ਰਹੀ ਹੋਵੇ, ਜਿਹਦੇ ਅਰਥ ਇਹ ਹੈ ਕਿ ਇੱਥੇ ਨਾ ਵਿਧਾਨ, ਨਾ ਸੰਵਿਧਾਨ, ਨਾ ਕੋਈ ਚੋਣ ਅਤੇ ਨਾ ਕੋਈ ਘੱਟ ਗਿਣਤੀਆਂ, ਇਹ ਰਹਿਣਾ ਕੁਝ ਨਹੀਂ। ਜਿੰਨਾ ਇਹ ਸਾਡੇ ਸਾਹਮਣੇ ਆ ਰਿਹਾ ਸਾਰਾ ਕੁਛ, ਇਸ ਕਰਕੇ ਸਾਡੀ ਇਹ ਸਭ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਆਪਣੇ ਫਰੰਟਾਂ ਤੋਂ ਦਿਨ ਰਾਤ ਇੱਕ ਕਰਕੇ, ਕਿਉਂਕਿ ਜਿਸ ਕਿਸਮ ਦਾ 22 ਜਨਵਰੀ ਨੂੰ ਇੱਕ ਜਨਾਜ਼ਾ ਸਾਡੇ ਸਾਹਮਣੇ ਆ ਗਿਆ ਕਿ ਕੀ ਦੇਸ਼ ਦੇ ਅੰਦਰ ਭਗਵਾਨ ਨੂੰ ਵੀ ਜਿਹੜੀ ਹੈ ਕੋਈ ਪਾਰਟੀ ਜਾਂ ਇੱਥੋਂ ਦੇ ਰਾਜ ਕਰਨ ਵਾਲੀ ਜਮਾਤ ਜਿਹੜੀ ਹੈ ਉਹ ਜਿਹੜੀ ਹੈ ਪੇਸ਼ ਕਰ ਰਹੀ ਹੈ, ਪਰ ਇਸ ਹੱਦ ਤੱਕ ਚਲੇ ਜਾਣਾ ਤਾਂ ਬੜਾ ਸਾਫ ਹੁੰਦਾ ਕਿ ਕਾਰਪੋਰੇਟਸ ਨੂੰ ਪਿਛਲੇ 30 ਸਾਲਾਂ 'ਚ ਇੱਥੋਂ ਦੀ ਜ਼ਮੀਨ, ਇੱਥੋਂ ਦਾ ਪਾਣੀ ਅਤੇ ਜੰਗਲ ਜਿਹੜੇ ਆ ਵੇਚ ਦਿੱਤੇ ਗਏ ਹੋਣ, ਔਰ ਸਾਰੀਆਂ ਰਾਜ ਕਰਨ ਵਾਲੀਆਂ ਜਮਾਤਾਂ ਜਿਹੜੀਆਂ ਉਹਦੇ 'ਚ ਸ਼ਾਮਿਲ ਹੋਣ, ਸਰਬਸੰਮਤੀ ਨਾਲ ਪਾਸ ਕਰਨ ਇਹ ਸਾਰਾ ਕੁਛ, ਤਾਂ ਸਾਡੀ ਜ਼ਿੰਮੇਵਾਰੀ ਫਿਰ ਉਸ ਤੋਂ ਵੱਧ ਜਾਂਦੀ ਹੈ ਕਿ ਅਸੀਂ ਇਸ ਢੰਗ ਨਾਲ ਜਥੇਬੰਦ ਹੋ ਕੇ ਅਤੇ ਉਹਦੇ ਮੁਕਾਬਲੇ ਦੇ ਵਿੱਚ ਇੱਕ ਕਿਸਾਨ ਲਹਿਰ ਦੀ ਬਜਾਏ ਲੋਕ ਲਹਿਰ ਉਸਾਰ ਕੇ ਤੁਰੀਏ, ਕਿਉਂਕਿ ਕਿਸਾਨ ਮੋਰਚੇ ਨੂੰ ਦਿੱਲੀ ਦੇ ਅੰਦਰ ਲੋਕਾਂ ਦਾ ਸਮਰਥਨ ਸੀਗਾ ਔਰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਉਸ ਸਮਰਥਨ ਦੇ ਨਾਲ ਸਾਰੇ ਵਰਗਾਂ ਦੇ ਨਾਲ ਅਸੀਂ ਉਹ ਜਿੱਤ ਪ੍ਰਾਪਤ ਕੀਤੀ ਸੀ ਅਤੇ ਉਸ ਤੋਂ ਲੜਾਈ ਸਾਡੀ ਅੱਗੇ ਵੱਧ ਕੇ ਲੈ ਕੇ ਜਾਣ ਦੀ ਲੋੜ ਹੈ। ਇਹਨਾਂ ਸ਼ਬਦਾਂ ਦੇ ਨਾਲ ਮੈਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਤੁਹਾਡਾ ਸਭ ਦਾ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਾ, ਸ਼ੁਕਰੀਆ ਮਿਹਰਬਾਨੀ। ਬਹੁਤ ਬਹੁਤ ਮਿਹਰਬਾਨੀ ਪ੍ਰਧਾਨ ਸਾਹਿਬ। ਹੁਣ ਜ਼ਿਆਦਾ ਟਾਈਮ ਨਾ ਲਵਾਂ, ਕਿਉਂਕਿ ਸਾਡੇ ਵਿੱਚ ਅਸੀਂ ਜਿਨ੍ਹਾਂ ਦੇ ਵਿਚਾਰ ਸੁਣਨੇ ਨੇ ਉਹਨਾਂ ਤੋਂ ਪਹਿਲਾਂ ਸਿਰਫ ਇੱਕ ਬੁਲਾਰੇ ਬੋਲਣਗੇ। ਹੁਣ ਉਸ ਤੋਂ ਬਾਅਦ ਸਾਡੇ ਸੁਪਰੀਮ ਕੋਰਟ ਦੇ ਵਕੀਲ ਸਾਹਿਬ ਭਾਨੂ ਪ੍ਰਤਾਪ ਜੀ ਆਪਣੇ ਵਿਚਾਰ ਪੇਸ਼ ਕਰਨਗੇ। ਮੈਂ ਹੁਣ ਬੇਨਤੀ ਕਰਾਂਗਾ ਸਾਡੇ